Yeah.
साहिब सच्चा सोनई साहिब सच्चा Yeah.
जग देखा तद को जब आपा I'm
जेकर सुतक मनिया सब ते सुतक होए गोहे ते लकड़ियां दर कीड़ा होए जेते दानियां के जियां बाज ना कोए पहला पानी जियो है जित हरिया सब कोए सुतक जो कर रखिया सुतक पवै रसोए नानक सुतक एव ना उतरे ज्ञान उतरे तो भला पहला कोठी जाई सटिया किसे लगा दो
अन देवता पानी देवता बसंतर देवता पंजवा पाया किरत ता हुआ पाप पवित्र I'm not afraid.
Yeah.
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 Thank you.
भगत जन को सदा आनंद है, हर कीर्तन गाए बिग सावे, भगत जन को सदा आनंद है, सदा आनंद है, आनंद पया मेरी माए।
ਕਾਰੋਬਾਰ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੀ
ਸਭ ਸੰਤਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਪਰਿਵਾਰਾਂ ਵਿੱਚ ਆਪਸੀ ਪਿਆਰ, ਜੀਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ। ਸਭ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਜੀਆਂ ਨੂੰ ਤੰਦਰੁਸਤੀ, ਪਰਿਵਾਰਾਂ ਵਿੱਚ ਆਪਸੀ ਪਿਆਰ, ਇਤਫਾਕ ਬੈਠਣ ਦੀ ਤਾਕਤ ਬਖਸ਼ਿਸ਼ ਕਰਨੀ। ਸਭ ਸੰਤਾਂ ਨੂੰ ਆਪਣੇ ਦਰ ਘਰ ਦਾ ਪ੍ਰੇਮ, ਨਾਮ ਬਾਣੀ ਦਾ ਪਿਆਰ, ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਦਰ ਘਰ ਨਾਲ ਜੋੜੀ ਰੱਖਣਾ ਜੀ। ਆਪਣੇ ਚਰਨ ਕਮਲਾਂ ਦੀ ਸੱਚੀ ਪ੍ਰੀਤ ਅਤੇ ਪ੍ਰਤੀਤ ਬਖਸ਼ਿਸ਼ ਕਰਕੇ ਨਿਤਾ ਪ੍ਰਤੀ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰਨ ਦਾ, ਸੇਵਾ ਤੇ ਸਿਮਰਨ ਕਰਨ ਦਾ ਬਲ ਉਦਮ ਤੇ ਚਾਉ ਬਖਸ਼ਿਸ਼ ਕਰਨਾ। ਸਾਰੇ ਸੰਸਾਰ ਵਿੱਚ ਸੁੱਖ ਵਰਤਾਉਣੀ, ਸਮੁੱਚੀ ਮਨੁੱਖਤਾ ਵਿੱਚ ਆਪਸੀ ਪਿਆਰ ਦੀ ਦਾਤ ਬਖਸ਼ਿਸ਼ ਕਰਕੇ ਸਭ ਦਾ ਭਲਾ ਕਰਨਾ ਜੀ। ਆਪ ਜੀ ਦੇ ਸਾਜੇ ਪੰਥ ਖਾਲਸੇ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣਾ, ਪੰਥ ਵਿੱਚ ਆਪਸੀ ਪਿਆਰ ਇਤਫਾਕ ਬੈਠਣ ਦੀ ਤਾਕਤ ਬਖਸ਼ਿਸ਼ ਕਰਨੀ। ਆਪ ਜੀ ਦੇ ਦਰ ਘਰ ਦੇ ਸ਼ਰਧਾਲੂ ਸਿੱਖ ਪਰਿਵਾਰ ਵੱਲੋਂ ਕਾਕਾ ਇੰਦਰਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਹੈ। ਮਿਹਰ ਕਰਨੀ, ਘਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ, ਨਾਮ ਬਾਣੀ ਦਾ ਪਿਆਰ, ਸੇਵਾ ਤੇ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਖੁਸ਼ੀਆਂ ਬਖਸ਼ਣੀਆਂ ਜੀ। ਕਾਕਾ ਇੰਦਰਵੀਰ ਸਿੰਘ ਨੂੰ ਸਿੱਖੀ ਜੀਵਨ, ਵਿਦਿਆ ਦੀ ਦਾਤ, ਮਾਤਾ ਪਿਤਾ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਭਾਵਨਾ ਬਖਸ਼ੀ, ਜੀਵਨ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਆਪ ਜੀ ਦੇ ਪਾਵਨ ਸਥਾਨਾਂ ਦੀ ਕਾਰ ਸੇਵਾ ਦੇ ਕਾਰਜ ਚੱਲ ਰਹੇ ਹਨ। ਪਾਤਸ਼ਾਹ ਆਪ ਸਹਾਈ ਹੋ ਕੇ ਸਰਬੱਤ ਕਾਰਜ ਰਾਸ ਕਰਨੇ, ਕਿਸੇ ਗੱਲ ਦੀ ਕੋਈ ਤੋਟ ਕਮੀ ਨਾਮ ਦੇਣੀ, ਸਮੂਹ ਸੇਵਾਦਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਸੇਵਾ ਲੈ ਲੈਣੀ, ਸਭ ਦੀ ਕੀਤੀ ਹੋਈ ਤਨ ਮਨ ਧਨ ਨਾਲ ਸੇਵਾ ਥਾਂ ਪਾਉਣੀ, ਸਭ ਨੂੰ ਖੁਸ਼ੀਆਂ, ਚੜ੍ਹਦੀ ਕਲਾ, ਤੰਦਰੁਸਤੀ, ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਜੀ। ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ, ਭੋਗ ਲੱਗੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਛਕੇ ਆਪ ਜੀ ਦਾ ਪਾਵਨ ਨਾਮ ਜਪੇ, ਮਿਹਰ ਕਰੋ, ਪਾਵਨ ਹੁਕਮ ਨਾਮੇ ਅਸੀਸ ਦੇ ਰੋਜ ਬਖਸ਼ਿਸ਼ ਕਰੋ ਜੀ। ਹੁਕਮ ਤੇ ਚੱਲਣ ਦੀ ਤਾਕਤ ਬਖਸ਼ਿਸ਼ ਕਰਨੀ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਗੁਰੂ ਗ੍ਰੰਥ ਜੀ ਮਾਨਿਆ ਪਰ
ਸਾਖ ਗੁਰੂ ਅਨਸਤਾਰੇ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹਲਾ ਚੌਥਾ ਕਾਲ ਯੁਗ ਕਾ ਧਰਮ ਕਹੋ ਤੁਮ ਭਾਈ ਕੇ ਵੈ ਛੂਟੈ ਹੈ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਦੁਲਹਾਰ ਹਰ ਜਪੇ ਤਾਰਾਏ ਤਰਾਕੀ ਕਾਲ ਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛੂਟ ਹੈ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਦੁਲਹਾਰ ਹਰ ਜਪੇ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਹੋਇ ਆਪਣਾ ਹਮ ਮਾਗੀ ਭਗਤ ਏਕਾਕੀ ਹਰ ਹਾਲ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪੇ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨੀ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸੇਵ ਚਰਿਓ ਚੰਦ ਚੰਦਾਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ ਕਰ ਦਾਸਨ ਦਾਸ ਦਸਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਟਭਾਗੀ ਹਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਆਸਾ ਜੀ ਕੀ ਵਾਰ ਦੇ ਕੀਰਤਨ ਬਹੁਤ ਸਤਿਕਾਰਯੋਗ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਪਾਸੋਂ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਬੜੀ ਸੁਣੀ ਬਾਣੀ ਸਾਡੇ ਹਿਰਦਿਆਂ ਵਿੱਚ ਵੱਸ ਜਾਏ, ਹੋਈਆਂ ਵਿਆਹ ਫੁੱਲਾਂ ਦੀ ਸਤਿਗੁਰੂ ਖਿਮਾ ਬਖਸ਼ਿਸ਼ ਕਰਨ। ਆਪ ਜੀ ਸਭ ਸੰਗਤਾਂ ਦਾ ਅਖੰਡ ਕੀਰਤਨੀ ਜਥੇ ਦੇ ਸਮੂਹ ਸੇਵਾਦਾਰਾਂ ਦਾ ਸਿੰਘਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਸੋ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਵਿੱਚ 6 ਤੋਂ 9 ਵਜੇ ਤੱਕ ਫਿਰ ਅਖੰਡ ਕੀਰਤਨੀ ਜਥੇ ਵੱਲੋਂ ਇਸੇ ਤਰ੍ਹਾਂ ਅਖੰਡ ਕੀਰਤਨ ਜਾਪ ਹੋਣਗੇ। ਸੋ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਵਿੱਚ ਜੋ 6 ਤੋਂ 9 ਵਜੇ ਤੱਕ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ